ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਕਣਕ ਦੀ ਫਸਲ ਦੇ ਨਾਲ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਕੁਝ ਆਪਾਂ ਗਲਤੀਆਂ ਕਰ ਦਿੰਨੇ ਆ ਕਣਕ ਨੂੰ ਚੰਗੇ ਪਾਣੀ ਲਾਏ ਚੰਗਾ ਸੀ ਟਰੀਟਮੈਂਟ ਕੀਤਾ ਚੰਗੀ ਖਾਦ ਪਾਈ ਹੈ ਚੰਗੇ ਸਪ੍ਰੇ ਹਾਂ ਦੇ ਪ੍ਰਬੰਧ ਤੋਂ ਬਾਅਦ ਆਖਰੀ ਪਾਣੀ ਤੇ ਜਾ ਕੇ ਆਪਾਂ ਤਿੰਦੇ ਨੂੰ ਕੰਟਰੋਲ ਕਰਨੀ ਚੇਪੇ ਨੂੰ ਕੰਟਰੋਲ ਕਰਨ ਦੇ ਲਈ ਕੁਝ ਅਣਗਹਿਲੀਆਂ ਵਰਤ ਲੈਣੇ ਆ ਮਾਰਕੀਟ ਦੇ ਵਿੱਚ ਚੱਲ ਰਿਹਾ ਜਿਹੜਾ ਥਾਇਓਮਥੈਕਸਮ TFS ਫਾਰਮੂਲੇਸ਼ਨ ਚੱਲ ਰਹੀ ਹੈ ਜਿਹਨੂੰ ਤੁਸੀਂ ਲਿਕਵਿਡ ਅਕਟਾਰਾ ਕਹਿ ਦਿੰਨੇ ਹੋ ਉਹ ਸਪਰੇ ਦੇ ਲਈ ਨਹੀਂ ਬਣਿਆ ਹੋਇਆ ਪਤਾ ਨਹੀਂ ਤੁਹਾਨੂੰ ਲਿਆਉਣਾ ਸੌਖਾ ਜਾਂ ਤੁਹਾਨੂੰ ਮਿਕਸ ਕਰਨਾ ਸੌਖਾ ਜਾਂ ਉਹਨੂੰ ਮੇਲਣਾ ਸੌਖਾ ਕਿ ਤੁਸੀਂ ਉਹਨੂੰ ਜ਼ਿਆਦਾ ਵਰਤਣ ਲੱਗ ਗਏ ਹਾਲਾਂਕਿ ਉਹ ਫਸਲ ਦੇ ਵਾਸਤੇ ਟੌਕਸਿਟਾ ਫਸਲ ਦੇ ਵਾਸਤੇ ਉਹ ਸਪਰੇ ਵਾਸਤੇ ਨਹੀਂ ਬਣਿਆ ਹੋਇਆ ਉਹਨੂੰ ਸੀਡ ਟ੍ਰੀਟਮੈਂਟ ਦੇ ਲਈ ਵਰਤਿਆ ਜਾਂਦਾ ਕਿ ਸ਼ੁਰੂਆਤੀ ਦੌਰ ਦੇ ਵਿੱਚ ਜੇ ਕਿਸੇ ਫਸਲ ਦੇ ਵਿੱਚ ਰਸ ਜੂਸਰ ਕੀੜੇ ਆਉਂਦੇ ਆ ਤਾਂ ਉਹਨੂੰ ਉਹ ਕੰਟਰੋਲ ਕਰ ਲੈਂਦਾ ਇਹੇ ਵੀ ਕਿਹਾ ਜਾਂਦਾ ਕਿ ਥੋੜਾ ਮੋਟਾ ਉਹ ਦੇਰਾ ਸਿਓਕ ਤੋਂ ਵੀ ਕੰਟਰੋਲ ਕਰਦਾ ਸੀਡ ਨੂੰ ਬਚਾਉਂਦਾ ਜਰਮੀਨੇਸ਼ਨ ਉਦੀ ਪ੍ਰਭਾਵਿਤ ਨਹੀਂ ਹੋਣ ਦਿੰਦਾ ਪਰ ਆਪਾਂ ਉਹਨੂੰ ਸਪਰੇਹਾਂ ਦੇ ਰੂਪ ਵਿੱਚ ਜਦ ਦੋ ਦਿਨ ਚੀਜ਼ਾਂ ਦੇ ਨਾਲ ਮਿਕਸ ਕਰਕੇ ਐਨਪੀਕੇ ਦੇ ਨਾਲ ਮਿਕਸ ਕਰ ਲਿਆ ਜਾਂ ਫੰਗੀਸਾਈਡ ਦੇ ਨਾਲ ਮਿਕਸ ਕਰਕੇ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਸਟਿਕਿੰਗ ਪ੍ਰੋਪਰਟੀ ਹੈ ਉਹਦੇ ਵਿੱਚ ਸਪਰੈਡਿੰਗ ਪ੍ਰੋਪਰਟੀ ਨਹੀਂ ਹੈਗੀ ਕਿ ਐਫਐਸ ਫਾਰਮੂਲੇਸ਼ਨ ਆ ਜਿਹੜੀ ਫਲੋਏਬਲ ਡਸਟ ਜਾਂ ਫਲੋਏਬਲ ਸਸਪੈਂਸ਼ਨ ਆ ਦੇ ਤੌਰ ਤੇ ਇੱਕ ਲਿਕਵਿਡ ਫਾਰਮੂਲੇਸ਼ਨ ਆਪਾਂ ਨੂੰ ਮਿਲਦੀ ਹੈ ਉਹ ਬੀਜ ਦੇ ਨਾਲ ਚਿਪਕਣ ਵਾਲੀ ਫਾਰਮੂਲੇਸ਼ਨ ਹੁੰਦੀ ਹੈ ਜਿਹੜੀ ਥਾਇਓਮੈਕਸਮ ਤੁਸੀਂ 25% ਵਾਲੀ ਯੂਜ਼ ਕਰਦੇ ਹੋ ਜਿਹਦੀ ਮਾਤਰਾ ਨਾਰਮਲੀ 40 ਤੋਂ 60 ਗ੍ਰਾਮ ਪ੍ਰਤੀ ਏਕੜ ਆ ਪਰ ਉਹਦੀ ਮਾਤਰਾ ਵੀ ਤੁਸੀਂ ਜ਼ਿਆਦਾ ਯੂਜ਼ ਕਰ ਰਹੇ ਹੋ ਕਣਕ ਦੀ ਫਸਲ ਉੱਪਰ ਕੋਈ ਜ਼ਿਆਦਾ ਵਧੀਆ ਕੰਟਰੋਲ ਨਹੀਂ ਮਿਲੇਗਾ ਅਗਰ ਤੁਸੀਂ 25% ਵਾਲੀ ਮਾਤਰਾ ਨੂੰ ਸਪਰੇਅ ਕਰਦੇ ਹੋ ਇਹ ਮਿਕਸ ਵੀ ਹੋ ਜਾਂਦੀ ਆ ਇਹਦਾ ਕੋਲ ਅਲੱਗ ਤਿਆਰ ਕਰਕੇ ਤੁਸੀਂ ਨਾਲ ਯੂਜ਼ ਕਰ ਸਕਦੇ ਹੋ ਪਰ ਜਿਹੜਾ ਤੁਸੀਂ ਗੁਲਾਬੀ ਰੰਗ ਦਾ ਥਾਇਓਮਸੈਕਸਮ TFS ਵਾਲਾ ਯੂਜ਼ ਕਰਨ ਲੱਗੇ ਹੋ ਉਹ ਪਲੀਜ਼ ਉਹਨੂੰ ਨਾ ਵਰਤਿਆ ਜਾਵੇ ਕਿਉਂਕਿ ਅਕਸਰ ਤੁਹਾਡੇ ਪੈਸੇ ਬਚਾਉਣ ਦੀ ਗੱਲ ਆਪਾਂ ਦੇ ਚੈਨਲ ਤੇ ਹੁੰਦੀ ਰਹਿੰਦੀ ਆ ਤੁਹਾਨੂੰ ਸਹੀ ਗਾਈਡੈਂਸ ਦੇ ਤੌਰ ਤੇ ਆਪਾਂ ਵੀਡੀਓ ਅਪਲੋਡ ਕਰਦੇ ਰਹਿੰਦੇ ਆ ਪਰ ਅੱਗੇ ਤਾਂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਲਈ ਹੋਈ ਜਾਣਕਾਰੀ ਨੂੰ ਹੋਰ ਕਿਸਾਨਾਂ ਤੱਕ ਸ਼ੇਅਰ ਕਰੋ ਇਸ ਵੀਡੀਓ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ਦਾ ਮੌਕਾ ਦਿਓ ਜਿਹੜੇ ਫੰਗੀ ਸਾਈਡ ਤੁਸੀਂ ਮਿਕਸ ਕਰ ਰਹੇ ਹੋ ਬਲੂਮ ਬਲਾਚ ਆ ਰਿਹਾ ਕਣਕ ਦੇ ਉੱਪਰ ਹਲਕੇ ਜਾਮਨੀ ਰੰਗ ਦੇ ਦੇ ਮੱਖੀਆਂ ਦੇ ਉੱਪਰ ਧੱਬੇ ਪੈ ਰਹੇ ਆ ਉਹਨੂੰ ਕਿਸੇ ਵੀ ਫੰਗੀ ਸਾਈਡ ਦੇ ਨਾਲ ਵਧੀਆ ਤਰੀਕੇ ਦੇ ਨਾਲ ਰੋਕਿਆ ਹੀ ਨਹੀਂ ਜਾ ਸਕਦਾ ਉਦੇ ਦੋ ਕੰਮ ਸੀਗੇ ਕਿ ਇੱਕ ਤਾਂ ਆਪਾਂ ਪਿਛਲੀ ਕਣਕ ਦੀ ਵਾਢੀ ਤੋਂ ਬਾਅਦ ਸੁੱਕਾ ਖੇਤ ਬੋਣਾ ਸੀਗਾ ਉੱਥੇ ਵੀ ਆਪਾਂ ਪਾਣੀ ਲਾ ਕੇ ਖੇਤ ਵਾ ਕੇ ਲੇਜਰ ਕਰਾ ਕੇ ਰੱਖ ਲੈਣੇ ਆ ਖੇਤ ਨੂੰ ਟਾਈਟ ਬੰਦ ਕਰ ਦਿੰਨੇ ਆ ਸੁੱਕਾ ਵਾ ਕੇ ਪੱਟ ਕੇ ਨਹੀਂ ਰੱਖਦੇ ਹੈਗੇ ਤਾਂ ਇਹ ਬਿਮਾਰੀਆਂ ਕੰਟੀਨਿਊ ਆਉਂਦਾਂ ਜਿਹੜੇ ਖੇਤਾਂ ਦੇ ਵਿੱਚ ਲਗਾਤਾਰ ਕਣਕ ਝੋਨਾ ਕਣਕ ਝੋਨਾ ਕਣਕ ਝੋਨਾ ਹੀ ਲੱਗਦਾ ਜਾਂ ਨਰਮਾ ਕਣਕ ਲੱਗਦੀ ਹੈ ਤਾਂ ਇਹ ਬਿਮਾਰੀਆਂ ਰਿਪੀਟ ਦੇ ਤੌਰ ਤੇ ਆਉਣਗੀਆਂ ਤੇ ਜ਼ਿਆਦਾ ਮਾਤਰਾ ਦੇ ਵਿੱਚ ਆਉਣਗੀਆਂ ਸੁਭਾਵਿਕ ਜਿਹੜੇ ਖੇਤਾਂ ਦੇ ਵਿੱਚ ਬੀਜ ਨੂੰ ਸੋਧਿਆ ਹੀ ਨਹੀਂ ਜਾਂਦਾ ਕਾਰਬੋਕਸਿਨ ਦੇ ਨਾਲ ਥੀਰਮ ਦੇ ਨਾਲ ਜਾਂ ਤੁਸੀਂ ਟ੍ਰਾਈਕੋਡਰਮਾ ਦੇ ਨਾਲ ਨਹੀਂ ਸੋਧਦੇ ਹੈਗੇ ਮਿੱਤਰਫੰਸਾਂ ਦੇ ਨਾਲ ਤਾਂ ਉਦੋਂ ਵਰਤੀ ਗਈ 10-20 ਮਿੰਟ ਦੀ ਅੰਗਹਿਲੀ ਤੁਹਾਡੀ ਇਹ ਫਸਲ ਦੇ ਲਈ ਆਫਤ ਬਣਦੀ ਹੈ ਕਿਉਂਕਿ ਬੀਜ ਦੇ ਵਿੱਚ ਆਈ ਹੋਈ ਬਿਮਾਰੀ ਨੇ ਵਧਣਾ ਫੁੱਲਣਾ ਹੀ ਹੁੰਦਾ ਉਹਨੂੰ ਜਦੋਂ ਸਮਾਂ ਮਿਲਦਾ ਉਹਨੇ ਆਫ ਫਸਲ ਦੇ ਉੱਤੇ ਹਮਲਾ ਕਰ ਦੇਣਾ ਹੁੰਦਾ ਡੀਬੀਡਬਲਯੂ ਸੀਰੀਜ਼ ਦੇ ਉੱਪਰ ਇਹ ਕਿਸਮਾਂ ਦੇ ਉੱਪਰ ਗਲੂਮ ਬਲਾਚ ਜ਼ਿਆਦਾ ਮਾਤਰਾ ਦੇ ਵਿੱਚ ਆ ਰਹੀ ਆ ਜਿਹੜੇ ਖੇਤਾਂ ਦੇ ਵਿੱਚ ਏ ਵੈਰੈਟੀਆਂ ਲੱਗੀਆਂ ਹੋਈਆਂ ਜਾਂ ਇਹਨਾਂ ਨੂੰ ਮਿਲਾ ਕੇ ਲੱਗੀਆਂ ਈਵਨ ਕਿ 367 ਵੀ ਆ ਰਹੀ ਹੈ ਪਰ ਘਾਟ ਆ ਰਹੀ ਹੈ 11 24 ਵੈਰੈਟੀ ਤੇ ਘਾਟ ਆ ਰਹੀ ਹੈ ਜਾਂ 725 ਕਿਸਮ ਤੇ ਘਾਟ ਆ ਰਹੀ 297 ਦੇ ਘਾਟ ਆ ਰਹੀ ਹੈ ਪਰ ਡੀ ਵੀ ਡਬਲਯੂ 173 ਤੇ 222 ਤੇ ਤੇ ਇਸ ਤੋਂ ਇਲਾਵਾ 303 ਦੇ ਉੱਪਰ ਵੀ ਇਸ ਦਾ ਹਮਲਾ ਦੇਖਣ ਨੂੰ ਮਿਲਿਆ ਹੈਗਾ ਪਰ ਇਹ ਜਿਹੜੇ ਮੱਖੀਆਂ ਦੇ ਉੱਪਰ ਬਦਰੰਗ ਕਲਰ ਬਣਿਆ ਹੈਗਾ ਇਹ ਠੀਕ ਨਹੀਂ ਹੋ ਸਕਦਾ ਦੁਬਾਰੇ ਇਹ ਹਰਾ ਨਹੀਂ ਹੋ ਸਕਦਾ ਇਸ ਮਕਸਦ ਨੂੰ ਲੈ ਕੇ ਸਪਰੇਅ ਨਾ ਕੀਤੀ ਜਾਵੇ ਜਿੱਥੇ ਵੀ ਦਾਣਾ ਬਣ ਚੁੱਕਿਆ ਹੈਗਾ ਅੱਧੋਂ ਵੱਧ ਦਾਣਾ ਬਣ ਚੁੱਕਿਆ ਜਾਂ ਆ ਸੌਫਟ ਸਟਫ ਚ ਚਲਾ ਗਿਆ ਹੈ ਡੱਫ ਸਿਸ ਚਲਾ ਗਿਆ ਹੈ ਤਾਂ ਉੱਥੇ ਜਾਂ ਦਾਣੇ ਦਾ ਰੰਗ ਚੇਂਜ ਹੋਣ ਲੱਗ ਗਿਆ ਤਾਂ ਤੋ ਉਸ ਨੂੰ ਸਪਰੇਅ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਜਿੰਨਾ ਏਰੀਆ ਦੇ ਵਿੱਚ ਮੌਸਮ ਸਿੱਲਾ ਰਹਿੰਦਾ ਜਿੰਨਾ ਏਰੀਆ ਦੇ ਵਿੱਚ ਕਿਸਾਨ ਜਿਆਦਾ ਕਣਕ ਨੂੰ ਡੇਰੀ ਦੇ ਨਾਲ ਯੂਰੀਆ ਪੂਰਾ ਕਰਦੇ ਆ ਤਾਂ ਪਲਾਂਟ ਦੇ ਵਿੱਚ ਓਵਰ ਕਲੋਰੋਫਿਲ ਰਹਿੰਦੀ ਆ ਜਾਂ ਜਿੰਨਾ ਏਰੀਆ ਦੇ ਵਿੱਚ ਪ੍ਰਦੂਸ਼ਣ ਜ਼ਿਆਦਾ ਆ ਸਲਫਰ ਟੌਕਸਿਸਿਟੀ ਖੇਤਾਂ ਦੇ ਵਿੱਚ ਹੈਗੀ ਆ ਤਾਂ ਉੱਥੇ ਵੀ ਇਹਦੇ ਪਲਾਂਟ ਦੇ ਪੱਤੇ ਬਰਨ ਹੁੰਦੇ ਆ ਉਦੋਂ ਘਬਰਾਉਣਾ ਨਹੀਂ ਹੈਗਾ ਪਰ ਜਿਹੜੀ ਬੱਲੀ ਦੇ ਉੱਪਰ ਇਸ ਤਰ੍ਹਾਂ ਦਾ ਕੋਈ ਵੀ ਦਿਖਦਾ ਨਹੀਂ ਹੈਗਾ ਗਲੂਮ ਬਲੌਸਟੀ ਇਨਫੈਕਸ਼ਨ ਕਰਕੇ ਅਦਰਵਾਈ ਤੁਸੀਂ ਆਉਣ ਤੋਂ ਬਾਅਦ ਇੰਤਜ਼ਾਰ ਕਰੋਗੇ ਤੇ ਫੰਗੀਸਾਈਡ ਕਰਕੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋਗੇ ਬਿਲਕੁਲ ਵੀ ਨਹੀਂ ਹੋਵੇਗਾ ਅਕਟਾਰਾ ਵਾਲੀ ਗੱਲ ਤੁਸੀਂ ਬਿਲਕੁਲ ਧਿਆਨ ਦੇ ਵਿੱਚ ਰੱਖ ਲੈਣੀ ਆ ਕਿ ਅਕਟਾਰਾ 25% ਵਾਲਾ ਹੀ ਵਰਤਣਾ ਹੈਗਾ 30% ਵਾਲਾ ਲਿਕਵਿਡ ਅਕਟਾਰੇ ਨੂੰ ਤੁਸੀਂ ਨਾ ਵਰਤਿਆ ਜਾਵੇ ਧੰਨਵਾਦ